ਸਬਜ਼ੀਆਂ ਤੇ ਫਲਾਂ ਤੇ ਲੱਗੇ ਇੱਕ ਖਾਸ ਸਟਿੱਕਰ ਕਿਸੇ ਖਾਸ ਦਿਨ ਨੂੰ ਯਾਦ ਰੱਖਣ ਲਈ ਲਗਵਾਏ ਗਏ ਨੇ, ਜਿਸ ਨੂੰ ਤੁਸੀਂ ਵੀ ਭੁੱਲ ਨਾ ਜਾਇਓ। ਦਰਅਸਲ ਇਹ ਸਟਿੱਕਰ ਅਫਸਰ ਵੱਲੋਂ ਲਗਵਾਏ ਗਏ ਨੇ, ਜੋ ਲੋਕਾਂ ਨੂੰ ਉਸ ਖਾਸ ਦਿਨ ਲਈ ਸੱਦਾ ਦੇ ਰਹੇ ਨੇ, ਜਿਸ ਦਿਨ ਦੇਸ਼ ਦਾ ਭਵਿੱਖ ਬਦਲਣਾ ਹੈ। ਤੁਸੀਂ ਸਟਿੱਕਰ ਦੇਖ ਕੇ ਵੈਸੇ ਤਾਂ ਸਮਝ ਕੇ ਹੋਵੋਗੇ ਕਿ ਉਹ ਖਾਸ ਦਿਨ 1 ਜੂਨ 2024 ਦਾ ਹੈ, ਜਦੋਂ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ ਤੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਇਸ ਵੱਖਰੇ ਢੰਗ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਨਾਰੀਅਲ, ਖਰਬੂਜੇ, ਤਰਬੂਜ਼ ਵਰਗੇ ਫਲਾਂ ਤੇ ਨਾਲ ਹੀ ਹਲਵੇ ਵਰਗੀਆਂ ਸਬਜ਼ੀਆਂ ਤੇ ਇਹ ਸਟਿੱਕਰ ਲਗਾਏ ਗਏ ਨੇ, ਤਾਂ ਜੋ ਲੋਕ ਇਹਨਾਂ ਨੂੰ ਖਰੀਦਣ ਸਮੇਂ ਉਸ ਖਾਸ ਦਿਨ ਨੂੰ ਯਾਦ ਰੱਖਣ ਤੇ ਕੋਈ ਵੀ ਵੋਟ ਪਾਉਣ ਤੋਂ ਵਾਂਝਾ ਨਾ ਰਹੇ। ਇਹ ਅਨੋਖਾ ਢੰਗ ਮੁੱਖ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਅਪਣਾਇਆ ਹੈ, ਜਿਨ੍ਹਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ 'ਚ ਸਬਜ਼ੀਆਂ ਤੇ ਫਲਾਂ ਤੇ ਇਹ ਸਟਿੱਕਰ ਲਗਵਾਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਚੋਣ ਅਫਸਰ ਦਾ ਮੰਨਣਾ ਹੈ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਜ਼ਰੂਰੀ ਹੈ, ਕਿਉਂਕਿ ਵੋਟ ਦਾ ਸਹੀ ਇਸਤੇਮਾਲ ਕਰਕੇ ਹੀ ਦੇਸ਼ ਤੇ ਸੂਬੇ ਦੀ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਖਰਬੂਜੇ, ਤਰਬੂਜ਼ ਇਹਨਾਂ ਦੀ ਮੌਸਮ ਹੈਗਾ, ਸੋ ਇਹਨਾਂ ਦੇ ਰਾਹੀਂ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਸਕੀਏ ਕਿ 1 ਜੂਨ ਨੂੰ ਲੋਕ ਸਭਾ ਚੋਣ ਪੰਜਾਬ ਵਿਖੇ ਹੈਗੀ ਹੈ ਅਤੇ ਲੋਕ ਵੱਧ ਚੜ੍ਹ ਕੇ ਉਹਦੇ ਵਿੱਚ ਹਿੱਸਾ ਲੈਣ, ਤਾਂ ਕਿ ਸਾਡੀ ਵੋਟਿੰਗ ਪਰਸੈਂਟੇਜ ਵੀ ਵੱਧ ਸਕੇ ਅਤੇ ਨਾਲ ਹੀ ਜੋ ਲੋਕਾਂ ਦਾ ਹੱਕ ਹੈਗਾ ਵੋਟਿੰਗ ਦਾ ਉਹਨੂੰ ਐਕਸਰਸਾਈਜ਼ ਕਰ ਸਕੇ। ਹੋਰ ਕੀ ਐਕਟੀਵਿਟੀਜ਼ ਚੱਲ ਰਹੀਆਂ ਨੇ? ਹੋਰ ਬਹੁਤ ਐਕਟੀਵਿਟੀਜ਼ ਚੱਲ ਰਹੀਆਂ ਨੇ, ਸਕੂਲ ਦੇ ਬੱਚਿਆਂ ਦੇ ਰਾਹੀਂ ਅਸੀਂ ਪੇਰੈਂਟਸ ਨੂੰ ਮੈਸੇਜ ਭਿਜਵਾ ਰਹੇ ਹਾਂ, ਕਾਲਜ ਸਕੂਲ ਦੇ ਸਟੂਡੈਂਟਸ ਵੀ ਬਹੁਤ ਐਕਟੀਵਿਟੀਜ਼ ਕਰ ਰਹੇ ਨੇ ਤਾਂ ਕਿ ਅਵੇਅਰਨੈਸ ਹੋ ਸਕੇ ਅਤੇ ਆਪਣੀ ਵੋਟਿੰਗ ਪਰਸੈਂਟੇਜ ਵੱਧ ਸਕੇ। ਅੱਜ ਜੋ ਆਪਾਂ ਦੇਖਿਆ ਮੈਡਮ ਡੀਸੀ, ਜਿਹੜਾ ਆਪਣਾ ਫਰੂਟ ਹੈ ਇਹਦੇ ਵਿੱਚ ਚੋਣ ਸੰਬੰਧੀ ਜੋ 1 ਜੂਨ ਨੂੰ ਆਪਣੇ ਫਤਿਹ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ, ਜਿਹੜੇ ਫਰੂਟ ਤਰਬੂਜ ਆ, ਨਾਰੀਅਲ ਆ, ਜਿੰਨੇ ਵੀ ਫਰੂਟ ਅੰਬ ਆ, ਮੈਡਮ ਡੀਸੀ ਨੇ ਉਦਘਾਟਨ ਕੀਤਾ। ਨਾਲੇ ਤਾਂ ਲੋਕਾਂ ਨੂੰ ਕਿਹਾ ਵੀ ਜਿਹੜਾ ਫਰੂਟ ਵਧੀਆ, ਮਤਲਬ ਜਿਹੜਾ ਗਰਮੀ ਦੇ ਵਿੱਚ ਵੀ ਹੋਊਗਾ, ਤੇ ਨਾਲੇ ਜਿਹੜਾ ਬੋਰਡ ਸੰਬੰਧੀ ਸਰਕਾਰ ਬੜਾ ਪੁਰਾਣਾ ਸਰਕਾਰ ਦਾ ਵੀ ਨਾਲੇ ਚੋਣ ਪ੍ਰਚਾਰ ਹੋਊਗਾ ਵੀ 1 ਤਰੀਕ ਨੂੰ ਵੱਧ ਵੱਧ ਬੂਟਾ ਪੈਣ ਜਾ ਵੀ ਆਪਣੇ ਪੰਜਾਬ ਦੇ ਵਿੱਚ ਜੋ ਹੈਗਾ ਵੱਧ ਬੂਟੂ ਬੂਟਾ ਪਾ ਕੇ ਜਿਹੜਾ ਲੋਕਾਂ ਨੂੰ ਮਿਲੇ, ਨਾਲੇ ਜਿਹੜਾ ਫਰੂਟ ਰਾਹੀਂ ਪ੍ਰਚਾਰ ਹੈ ਬਹੁਤ ਹੀ ਵਧੀਆ ਸ਼ਲਾਘਾ ਦੀ ਗੱਲ ਆ, ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਆਪਣਾ ਨਾਲੇ ਪ੍ਰਸ਼ਾਸਨ ਦਾ ਜੀ ਬਹੁਤ ਵਧੀਆ ਜੀ। ਹਾਂਜੀ ਹਾਂਜੀ ਹਾਂਜੀ, 1 ਤਰੀਕ ਨੂੰ ਵੋਟਾਂ ਪੈ ਰਹੀਆਂ ਜੀ। 1 ਤਰੀਕ ਨੂੰ ਵੋਟਾਂ ਪੈਣ ਨਾਲੇ ਪੰਚਾਇਤ ਹੈ ਜੀ, ਨਾਲੇ ਜੀ।